ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਕਸ ਐਮ ਐਲ ਏ ਅਤੇ ਸੰਗਰੂਰ ਅਤੇ ਬਰਨਾਲਾ ਡਿਸਟ੍ਰਿਕਟ ਦੇ ਕਾਂਗਰਸ ਦੇ ਮੇਨ ਕੰਮ ਉਹਨਾਂ ਦੇ ਨਾਲ ਸਰ ਪਰਮਜੀਤ ਸਿੰਘ ਮਾਨ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਂਡ ਫਾਰਮਰ ਡਿਸਟ੍ਰਿਕਟ ਪ੍ਰੈਜੀਡੈਂਟ ਬਰਨਾਲਾ ਸੰਦੀਪ ਬਾਂਸਲ ਜੀ, ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਦੀਪ ਬਾਂਸਲ, ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਸਵਿੰਦਰ ਸਿੰਘ ਢਿੱਲੂ ਜੀ, ਜਨਰਲ ਸੈਕਟਰੀ ਕਿਸਾਨ ਵਿੰਗ ਪੰਜਾਬ ਨਿਰੰਤਰ ਸਿੰਘ, ਬਲਾਕ ਪ੍ਰੈਜੀਡੈਂਟ ਰੂਰਲ ਸੰਗਰੂਰ ਗਰਮੇਲ ਸਿੰਘ ਜੱਗੀ ਜੀ, ਜਨਰਲ ਸੈਕਟਰੀ ਡਿਸਟ੍ਰਿਕਟ ਸੰਗਰੂਰ ਰਿਸ਼ਪਾਲ ਸਿੰਘ ਟਿੱਪੂ, ਵਾਈਸ ਪ੍ਰੈਜੀਡੈਂਟ ਬਲਾਕ ਸੰਗਰੂਰ ਪਰਮਿੰਦਰ ਸਿੰਘ ਸ਼ਮੀ ਜੀ, ਜਨਰਲ ਸੈਕਟਰੀ ਕਿਸਾਨ ਵਿੰਗ ਪੰਜਾਬ ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਸਮੁੱਚੀ ਡਿਸਟ੍ਰਿਕਟ ਦੀ ਟੀਮ ਹੈ ਜਿੱਥੇ ਮਹਿਲਾ ਦਾ ਸੌਕ ਤਾਂ ਸਰਪੰਚ ਹੋਣੇ, ਬਲਾਕ ਸਮਿਤੀ ਮੈਂਬਰ ਹੋਣੇ, ਕਿਉਂਕਿ ਉਹ ਫੰਕਸ਼ਨ ਆ ਸੀ ਬੀ ਐਸ ਸਾਹਿਬ ਕਿਹਾ ਕਿ ਮੈਂ ਉੱਥੇ ਡਿਸਟ੍ਰਿਕਟ 'ਚ ਕਰਾਂਗੇ, ਅੱਜ ਤੱਕ ਇਕੱਲੇ ਆਇਆ, ਬਾਕੀ ਇਹਨਾਂ ਦੀ ਜਿਹੜੀ ਸਾਰੀ ਟੀਮ ਹੈ, ਜਿਹੜੇ ਸਰਪੰਚਿਸ ਆ, ਬਲਾਕ ਸਮਿਤੀ ਮੈਂਬਰ ਹੈ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਅਤੇ ਬਾਕੀ ਜਿਹੜੇ ਵਰਕਰ ਹੈ, ਸਾਰੇ ਪੰਚਾਇਤ ਮੈਂਬਰ ਸਾਰੇ ਵੱਡਾ ਇਕੱਠ ਕਰਕੇ ਉਹ ਫੰਕਸ਼ਨ ਕਰਨਗੇ ਆਪਣੇ ਬਰਨਾਲਾ ਸੰਗਰੂਰ ਦੇ ਵਿੱਚ। ਅੱਜ ਆ ਸਮੁੱਚੀ ਟੀਮ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਸੀ ਬੀ ਐਸ ਸਾਹਿਬ ਵਰਗੇ ਇਨਸਾਨ ਜਿਨ੍ਹਾਂ ਦੀ ਬਹੁਤ ਵਧੀਆ ਰੈਪੂਟੇਸ਼ਨ, ਇੱਕ ਇਮਾਨਦਾਰ ਦਲੇਰ, ਗਰਾਊਂਡ ਲੈਵਲ ਲੀਡਰ, ਉਹ ਅੱਜ ਆਪਣੀ ਸਮੁੱਚੀ ਟੀਮ ਨਾਲ ਅੱਜ ਅਕਾਲੀ ਦਲ ਸ਼ਾਮਿਲ ਹੋਏ। ਮੈਂ ਐਜ਼ ਪ੍ਰੈਜੀਡੈਂਟ ਅਕਾਲੀ ਦਲ ਉਹਨਾਂ ਨੂੰ ਇੱਥੇ ਆਉਣ 'ਤੇ ਮੈਂ ਵੈਲਕਮ ਕਰਦਾ, ਪਾਰਟੀ 'ਚ ਵੈਲਕਮ ਕਰਦਾ। ਇਹਨਾਂ ਦੇ ਆਉਣ ਨਾਲ ਮੈਂ ਇੰਨਾ ਕਹਿ ਸਕਦਾ, ਇੱਕ ਬਹੁਤ ਵੱਡਾ ਇਫੈਕਟ ਕਾਂਗਰਸ ਦੇ ਪ੍ਰੋਸਪੈਕਟ ਨੂੰ ਆਪਣੇ ਦੋਨੋਂ ਡਿਸਟ੍ਰਿਕਟ ਸੰਗਰੂਰ ਐਜ਼ ਵੈਲ ਐਜ਼ ਬਰਨਾਲਾ, ਪਹਿਲੇ ਇਹਨਾਂ ਨੇ ਇਲੈਕਸ਼ਨ ਵੀ ਲੜਿਆ, ਉੱਥੋਂ ਦਾ ਮੇਰਾ ਪ੍ਰੈਜੀਡੈਂਟ ਵੀ ਰਹੇ ਸੀ, ਇਲੈਕਸ਼ਨ ਲੜਿਆ ਸੀ, ਹੀ ਵਾਜ਼ ਦਾ ਇੰਚਾਰਜ, ਉੱਥੋਂ ਇਲੈਕਸ਼ਨ ਲੜੇ ਸੀ ਪੂਰੇ ਪੰਦਰਾਂ ਹਲਕਾਂ ਚਾਹਦੇ ਆ। ਸੁਨਾਮ ਹਲਕੇ 'ਚ ਇਹਨਾਂ ਦੇ ਆਪਣੇ ਪਿੰਡ ਹੈ, ਆਪਣਾ ਪਿੰਡ ਵੀ ਉਹਨਾਂ ਸੁਨਾਮ ਹਲਕੇ 'ਚ ਹੈ, ਇਹਨਾਂ ਪੁਰਾਣੇ ਹਲਕਾ ਸਾਰਾ ਸੁਨਾਮ 'ਚ ਹੀ ਹੈ। ਸੰਗਰੂਰ ਇਹਨਾਂ ਦੀ ਆਪਣਾ ਹੈਗਾ, ਬਾਕੀ ਇਹਨਾਂ ਦੇ ਭਦੌੜ ਅਤੇ ਮਹਿਲ ਕਲਾਂ ਅਤੇ ਇਹਨਾਂ ਜਿਹੜੀ ਟੀਮ ਹੈ, ਸਪੈਸ਼ਲੀ ਸਾਹਿਬ ਪਰਮਜੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਦੀ ਆਪਣੀ ਬੜੀ ਸ਼ਖਸੀਅਤ ਹੈ ਬਰਨਾਲੇ ਜ਼ਿਲ੍ਹੇ 'ਚ, ਅੱਜ ਜੋ ਕਾਂਗਰਸ ਖੜ੍ਹੀ ਹੋਈ ਹੈ ਇਹਨਾਂ ਦੀ ਬਦੌਲਤ ਹੀ ਖੜ੍ਹੀ ਹੋਈ ਸੀ। ਸੋ ਮੈਂ ਇੰਨਾ ਕਹਿ ਸਕਦਾ ਹੁਣ ਕਾਂਗਰਸ ਦੇ ਵਿੱਚ ਖਾਸ ਕਰਕੇ ਇਹਨਾਂ ਚਾਰ ਪੰਜ ਸੀਟਾਂ 'ਤੇ, ਪੰਜ ਛੇ ਸੀਟਾਂ 'ਤੇ ਇਕੱਲੇ ਉਤਲਾ ਫੇਸ ਹੀ ਰਹਿ ਗਿਆ, ਥੱਲੀ ਬੇਸ ਖਤਮ ਹੋ ਗਈ। ਸੋ ਦਿਸ ਇਜ਼ ਬਿਕਮ ਅ ਦਿਸ ਇਜ਼ ਅ ਮੇਜਰ ਬਲੋ ਟੂ ਕਾਂਗਰਸ ਪਾਰਟੀ। ਅਤੇ ਜੈ ਜੀ ਹਾਲਾਤ ਅੱਜ ਪੰਜਾਬ 'ਚ ਬਣੀ ਹੈ, ਜਿਵੇਂ ਕਾਂਗਰਸ ਦੀਆਂ ਟਿਕਟਾਂ ਵੰਡੀਆਂ ਜਾ ਰਹੀਆਂ, ਜਿੱਥੇ ਕੋਈ ਮੈਰਿਟ ਦੀ, ਕੋਈ ਲੋਇਲਟੀ ਦੀ, ਕੋਈ ਇੱਥੇ ਕਦਰ ਨਹੀਂ। ਐਜ਼ ਐਨ ਆਊਟਸਾਈਡ ਸਪੈਕਟੇਟਰ, ਜਿਵੇਂ 2012 'ਚ ਤੁਸੀਂ ਇੱਕ ਫਰਸਟ੍ਰੇਸ਼ਨ ਦੇਖੀ ਸੀ ਕਾਂਗਰਸ ਦੀ ਲੀਡਰਸ਼ਿਪ ਵਿੱਚ, ਕਾਂਗਰਸ ਦੀ
ਸਾਰੀ ਪਾਰਟੀ ਦੇ ਕੈਂਡੀਡੇਟਾਂ ਵਿੱਚ ਇੱਕ ਸਟਰੋਂਗ ਰਿਵੈਲੀਅਨ ਕਾਂਗਰਸ ਵਿੱਚ ਹੋਈ ਸੀ, ਜਿਹਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਹੈਡ ਟੂ ਸਫਰ ਅ ਡਿਫੀਟ। ਦਿਸ ਟਾਈਮ ਹੁਣ ਐਂ ਲੱਗਦਾ ਹੈ ਉਹ ਤੋਂ ਵੱਧ ਟਿਕਟਾਂ ਵਿੱਚ ਇਹਨਾਂ ਨੇ ਧਾਂਦਲੀਆਂ ਕਰਕੇ ਇੱਕ ਐਟੋਮਿਕ ਐਕਸਪਲੋਜ਼ਨ ਕਰ ਦਿੱਤਾ ਹੈ, ਜਿਹਦਾ ਇਫੈਕਟ ਅਗਲੇ ਤੁਸੀਂ ਦੇਖੋਗੇ ਅਗਲੇ ਹਫ਼ਤੇ ਦਸ ਦਿਨਾਂ ਦੇ ਅੰਦਰ। ਤੁਸੀਂ ਇਹਨਾਂ ਦੇ ਮੈਨੂੰ ਲੱਗਦਾ ਤੁਸੀਂ ਹਰ ਸੀਟ ਵਿੱਚ ਤੁਸੀਂ ਦੇਖੋਗੇ ਦਿਲ ਵੀ ਆ ਸਟਰੋਂਗ ਕਾਂਗਰਸ ਮੈਨ ਅਪੋਜ਼ਿੰਗ ਦ ਮੇਨ ਕਾਂਗਰਸ ਕੈਂਡੀਡੇਟ। ਕਈ ਇਹੋ ਜਿਹੇ ਕੈਂਡੀਡੇਟ ਦਿੱਤੇ ਗਏ ਹੈ ਉੱਥੇ ਜਿਹੜੀ ਟਿਕਟਾਂ ਮੰਨੀਆਂ ਗਈਆਂ ਐਜ਼ ਆਈ ਹੈਵ ਬੀਨ ਟੋਲਡ ਐਂਡ ਜਿਵੇਂ ਮੈਂ ਅਬਜ਼ਰਵ ਕਰ ਰਿਹਾ ਉੱਥੇ ਧੜਿਆਂ 'ਚ ਵੰਡੀਆਂ ਗਈਆਂ, ਤੇਰੀਆਂ 5 ਸੀਟਾਂ, ਤੇਰੀਆਂ 10 ਸੀਟਾਂ, ਤੇਰੀਆਂ 4 ਸੀਟਾਂ। ਸੋ ਉਹ ਆਪਣੀ ਸੀਟ ਦਾ ਮਾਲਕ ਹੈ, ਉਹ ਜਿਹਨੂੰ ਜੀ ਕਰਦਾ ਦੋਸਤ ਮਿੱਤਰ ਸਾਥੀ ਉਹਨੂੰ ਅੱਗੇ ਸੀਟ ਦਿੰਦੇ ਆ। ਹੁਣ ਜੇ ਮੈਂ ਦੇਖਿਆ ਕਈ ਸੀਟਾਂ ਇਹੋ ਜਿਹੜੀਆਂ ਕਈ ਕੈਂਡੀਡੇਟ ਬਰਨਾਲੇ ਜ਼ਿਲ੍ਹੇ 'ਚ ਹੀ ਹੁਣ ਦਿੱਤੇ ਹੈ, ਜਿਹਦਾ ਪਿਛਲੇ 4 ਇਲੈਕਸ਼ਨ ਦਾ ਰਿਜ਼ਲਟ ਜਿਹੜਾ 1600 ਵੋਟ ਤੋਂ ਵੱਧ ਨਹੀਂ ਪਈ, ਅਤੇ ਉਹਨਾਂ ਦਾ ਅਫੀਸ਼ੀਅਲ ਕੈਂਡੀਡੇਟ ਕਿਉਂਕਿ ਉਹ ਕਿਸੇ ਗਰੁੱਪ ਨਾਲ ਸੰਬੰਧਿਤ ਹੈ। ਜਿਹੜੀ ਪਾਰਟੀ ਦੀ ਸੋਚ ਧੜੇਬੰਦੀ ਨਾਲ ਡਿਸਟ੍ਰੀਬਿਊਟ ਹੋਏ, ਜਿਸ ਪਾਰਟੀ ਦਾ ਕੋਈ ਕਮਾਂਡ ਸਟਰਕਚਰ ਨਾ ਹੋਏ, 1 ਪੁਆਇੰਟ ਅਥਾਰਿਟੀ ਨਾ ਹੋਏ, ਜਿਹਦਾ ਡਿਸੀਜਨ ਮੈਨੂੰ ਲੱਗਦਾ ਇਹ ਲੱਗਦਾ ਕਿ ਇਸ ਇਲੈਕਸ਼ਨ ਵਿੱਚ ਮੈਨੂੰ ਇਹ ਲੱਗਦਾ ਮਿਸ਼ਨ ਆਫ ਪੰਜਾਬ ਕਾਂਗਰਸ ਮਾਈਨਸ ਕੈਪਟਨ ਅਮਰਿੰਦਰ ਸਿੰਘ ਇਜ਼ ਟੂ ਮੇਕ ਸ਼ੋਰ ਕੈਪਟਨ ਅਮਰਿੰਦਰ ਸਿੰਘ ਇਜ਼ ਡਿਫੀਟਡ। ਜਿਹੜਾ ਮਿਸ਼ਨ ਆਫ ਪੰਜਾਬ ਕਾਂਗਰਸ ਲੀਡਰਸ਼ਿਪ ਇਨ ਪੰਜਾਬ ਟੂਡੇ ਇਜ਼ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਨਹੀਂ ਬਣ ਦੇਣਾ। ਸੋ ਆਹ ਜਿਹੜੀ ਗੇਮ ਜਿਹੜਾ ਗਰੁੱਪ ਦੇ ਕੇ ਕਰ ਰਹੇ ਹੈ, ਇਹ ਤੁਸੀਂ ਦੇਖੋਗੇ ਕਿ ਬਹੁਤ ਵੱਡੇ ਸੀਨੀਅਰ ਲੀਡਰ ਉਹ ਉੱਥੇ ਪਾਰਟੀ ਵਿੱਚ ਰਿਬੈਲ ਵੀ ਹੋਣਗੇ। ਆਲਰੇਡੀ ਆਲ ਆਫ ਦੈਮ ਆਰ ਟ੍ਰਾਈਂਗ ਟੂ ਕੰਟੈਕਟ, ਦੇ ਆਰ ਸੋ ਉਹਨਾਂ ਦੀ ਫਰਸਟ੍ਰੇਸ਼ਨ ਗੱਲਾਂ 'ਚ ਫਰਸਟ੍ਰੇਸ਼ਨ ਦਿਖਦੀ ਹੈ। ਉਹ ਕਹਿੰਦੇ ਕਿ ਇਹ ਤੋਂ ਮਾੜਾ ਤਾਂ ਭਾਵੇਂ ਜਿਹੜੇ ਨੇ 50 ਸਾਲ ਵੀ ਕੰਟਰੀਬਿਊਟ ਕੀਤਾ ਸੀ ਪਾਰਟੀ ਨੂੰ, ਉਹ ਵੀ ਇੰਨੀ ਜੋ ਗੱਲ ਕਰਦੇ ਹੈ ਐਂ ਲੱਗਦਾ ਕਿਉਂਕਿ ਦੇ ਆਰ ਹੁੰਦੇ ਔਲ ਆਪਣੇ ਆਪ ਹੀ ਟੈਲੀਫੋਨ ਕਰਨ ਲੱਗ ਗਏ ਸਾਰੇ ਕਿ ਅਸੀਂ ਤਾਂ ਕਾਂਗਰਸ ਨੂੰ ਹਰਾਉਣਾ। ਸੋ ਇਸ ਕਰਕੇ ਸੀਵੀਆ ਸਾਹਿਬ ਦਾ ਪਾਰਟੀ 'ਚ ਆਉਣ 'ਤੇ ਮੈਂ ਅੱਜ ਉਹਨਾਂ ਨੂੰ ਸਵਾਗਤ ਕਰਦਾ ਅਤੇ ਮੈਂ ਢੀਂਡਸਾ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਦੋ ਸ਼ਬਦ ਦਿੰਦਾ। ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਰਦਾਰ ਸੁਰਿੰਦਰ ਸਿੰਘ ਸੇਬੀਆ ਕਿਉਂਕਿ ਮੇਰੇ ਜ਼ਿਲ੍ਹੇ ਨਾਲ ਸੰਬੰਧਿਤ ਹੈ, ਬੜੀ ਦੇਰ ਤੋਂ ਇਹਨਾਂ ਦੇ ਕੰਮਕਾਜ ਨੂੰ ਦੇਖ ਰਿਹਾ ਹੈ। ਇੰਨਾ ਕਹਿ ਸਕਦਾ ਕਿ ਸੰਗਰੂਰ ਅਤੇ ਬਰਨਾਲੇ ਜ਼ਿਲ੍ਹੇ 'ਚ ਕਿਉਂਕਿ ਪਹਿਲਾਂ ਇੱਕੋ ਜ਼ਿਲ੍ਹਾ ਸੀ, ਇਹ ਬਹੁਤ ਵੱਡਾ ਥੰਮ ਸੀ ਕਾਂਗਰਸ ਦਾ। ਇਹ ਉਹਨਾਂ ਲੀਡਰਾਂ 'ਚੋਂ ਸੀ ਜਿਹੜਾ ਜ਼ਮੀਨ ਨਾਲ ਜੁੜਿਆ ਸੀ, ਜਿਹਦੀ ਆਮ ਬਰਕਰਾਰ ਸੀ, ਬਾਕੀ ਕਈ ਲੀਡਰ ਉੱਪਰ ਹੀ ਹੁੰਦੇ ਆ। ਲੇਕਿਨ ਇਸ ਨੌਜਵਾਨ ਦੇ ਆਉਣ ਨਾਲ ਸਾਨੂੰ ਬਹੁਤ ਵੱਡੀ ਤਾਕਤ ਮਿਲੇਗੀ ਔਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੋ ਜ਼ਿਲ੍ਹਿਆਂ 'ਚ ਵੀ ਅਤੇ ਪੰਜਾਬ 'ਚ ਵੀ ਬਹੁਤ ਵੱਡਾ ਇਹਨਾਂ ਦੇ ਨਾਲ ਆਉਣ ਨਾਲ ਤਾਕਤਵਰ ਹੋਏਗਾ। ਮੈਂ ਇਹਨਾਂ ਨੂੰ ਸਾਡੇ ਦੋਨੇ ਜ਼ਿਲ੍ਹਿਆਂ ਵੱਲੋਂ ਵੀ ਜਿੱਥੇ ਜੀ ਆਇਆਂ ਕਹਿਣਾ ਧੰਨਵਾਦ ਕਰਦਾ ਕਿ ਇਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਕਾਂਗਰਸ ਦੇ ਉਹਨਾਂ ਦੋਨੇ ਜ਼ਿਲ੍ਹਿਆਂ 'ਚ ਜੜ੍ਹਾਂ ਹਿਲਾ ਦਿੱਤੀਆਂ। ਇਹ ਕੁਛ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਅੱਜ ਇਮੀਡੀਏਟਲੀ ਕਾਨਫਰੰਸ ਬੁਲਾਉਣੀ ਪਈ ਅਤੇ ਬਾਕੀ ਜਿਹੜੀ ਲੋਕ ਨੇ ਇਹਨਾਂ ਦੇ ਸਾਥੀ ਨੇ, ਕੁਝ ਸਾਥੀ ਜਿਹੜੇ ਸੀਨੀਅਰ ਸਾਥੀ ਨੇ ਉਹ ਅੱਜ ਇਹਨਾਂ ਨਾਲ ਆਏ ਨੇ, ਬਾਕੀ ਇਹ ਉੱਥੇ ਜ਼ਿਲ੍ਹੇ 'ਚ ਬੁਲਾ ਕੇ ਪ੍ਰਧਾਨ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ
ਉੱਥੇ ਅਨਾਊਂਸ ਉਹਨਾਂ ਤੋਂ ਬਾਕੀਆਂ ਤੋਂ ਵੀ ਅਨਾਊਂਸ ਕਰਾਉਣਗੇ। ਤਾਂ ਮੈਂ ਸਮਝਦਾ ਕਿ ਸੰਗਰੂਰ ਜ਼ਿਲ੍ਹੇ 'ਚ ਕਿਸਮ ਦਾ ਕਾਂਗਰਸ ਦਾ ਭੋਗ ਪੈ ਗਿਆ, ਮੈਂ ਇੰਨਾ ਗਰੰਟੀ ਨਾਲ ਕਹਿ ਸਕਦਾ। ਇਹਨੇ ਬਹੁਤ ਵੱਡੀ, ਮੇਰਾ ਬਹੁਤ ਲੰਬੇ ਸਮੇਂ ਤੋਂ ਇਸ ਪੋਲੀਟਿਕਸ ਨਾਲ ਸੰਬੰਧ ਹੈ ਦੋਨੇ ਜ਼ਿਲ੍ਹਿਆਂ ਨਾਲ, ਕਿ ਇਹ ਇੱਕ ਐਡੀ ਤਾਕਤਵਰ ਸੀਗਾ ਕਾਂਗਰਸ ਵਿੱਚ ਜਿਹਨੂੰ ਹਰੇਕ ਪਾਰਟੀ ਦਾ ਵਰਕਰ ਚਾਹੁੰਦਾ ਸੀ। ਮੈਂ ਸਮਝਦਾ ਇਹਦੇ ਨਾਲ ਆਉਣ ਨਾਲ ਬਾਕੀ ਵੀ ਸਾਰੇ ਆਉਣਗੇ। ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜੀ ਆਇਆਂ ਕਹਿਣਾ। ਔਰ ਮੈਂ ਸਮਝਦਾ ਅਸੀਂ ਇਕੱਠੇ ਹੋ ਕੇ ਹੋਰ ਹੰਬਲਾ ਮਾਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਬਣਾਉਣ ਵਿੱਚ ਸਾਡੇ ਦੋਨੇ ਜ਼ਿਲ੍ਹਿਆਂ ਦਾ ਬਹੁਤ ਵੱਡਾ ਪਾਰਟ ਹੋਏਗਾ ਔਰ ਬਹੁਤ ਵੱਡੀ ਤਾਕਤ ਮਿਲੇਗੀ। ਇਹਨਾਂ ਕਹਿੰਦਾ ਬਹੁਤ ਧੰਨਵਾਦ ਕਰਦਾ। ਸ਼੍ਰੀ ਅਕਾਲ।